ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਮੰਨਿਆ ਜਾਂਦਾ ਹੈ। ਇਹ ਗੱਲ ਉਸ ਵੇਲੇ ਸੱਚ ਹੋਈ ਜਦੋਂ ਡਾਕਟਰ ਨੇ ਇੱਕ 16 ਸਾਲਾਂ ਬੱਚੀ ਦੇ ਗਲੇ ਵਿੱਚ ਫਸੀ ਸੇਫਟੀ ਪਿੰਨ ਕੱਢ ਕੇ ਉਸਨੂੰ ਨਵੀਂ ਜ਼ਿੰਦਗੀ ਦਿੱਤੀ। ਜਾਣਕਾਰੀ ਦਿੰਦੇ ਡਾਕਟਰ ਅਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇੱਕ 16 ਸਾਲਾਂ ਬੱਚੀ ਨੇ ਪੜ੍ਹਾਈ ਕਰਦੇ ਦੌਰਾਨ ਆਪਣੇ ਗਲੇ ਵਿੱਚ ਸੇਫਟੀ ਪਿੰਨ ਫਸਾ ਲਈ, ਜਿਸ ਨੂੰ ਉਹਨਾਂ ਨੇ ਬਿਨਾਂ ਕਿਸੇ ਚੀਰ ਫਾੜ ਦੇ ਬਾਹਰ ਕੱਢਿਆ। ਉਹਨਾਂ ਦੱਸਿਆ ਕਿ ਲੜਕੀ ਹੁਣ ਬਿਲਕੁਲ ਠੀਕ ਹੈ। ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। ਮੇਰੀ ਨਾ ਇਹ ਬੇਟੀ ਹੈ, ਇਹ ਨਾ ਸਕੂਲ ਦਾ ਹੋਮਵਰਕ ਕਰ ਸੀ, ਰਹੀ ਸੀ, ਪ੍ਰੋਜੈਕਟ ਬਣਾ ਰਹੀ ਸੀ, ਅਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ, ਅਤੇ ਉਹ ਇਹਨੂੰ ਖਾਂਸੀ ਆਈ ਅਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ। ਫਿਰ ਅਸੀਂ ਤਾਂ ਅਸੀਂ ਧਾਰੀਵਾਲ ਤੋਂ ਹੀ ਅਸੀਂ ਫਿਰ ਢਿੱਲੋਂ ਡਾਕਟਰ ਦੇ ਗਏ, ਉਹਨਾਂ ਨੇ ਸਾਨੂੰ ਗੁਰਦਾਸਪੁਰ ਅਮਨਦੀਪ ਡਾਕਟਰ ਜਿਹੜਾ ਉਹਨਾਂ ਕੋਲ ਭੇਜਿਆ, ਅਤੇ ਇਹਨਾਂ ਨੇ ਕਿ ਉਹ ਸੂਆ ਜਿਹੜਾ ਉਹ ਚੀਰ ਫਾੜ ਤੋਂ ਬਿਨਾਂ ਹੀ ਓਪਰੇਟ ਤੋਂ ਬਿਨਾਂ ਹੀ ਉਹ ਜਿਹੜਾ ਉਹ ਕੱਢ ਦਿੱਤਾ ਵਾ, ਅਤੇ ਵਧੀਆ ਡਾਕਟਰ ਆ। ਜੇ ਤੁਹਾਨੂੰ ਕਿਸੇ ਨੂੰ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਪ੍ਰੋਬਲਮ ਆ, ਓਪਰੇਟ ਕਰਨ ਤੋਂ ਬਗੈਰ ਤੁਸੀਂ ਇੱਥੋਂ ਕਢਵਾ ਸਕਦੇ ਹੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ, ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ। ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇਵ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ। ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ। ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ। ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿੰਨ, ਜਿਹਨੂੰ ਬਸਕੂਆ ਕਹਿੰਦੇ ਆਪਾਂ, ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿੰਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਗਾ ਲਿਆ ਸੀ, ਅਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ, ਅਤੇ ਮੈਂ ਉਹਨਾਂ ਦਾ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ। ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀਗੀ ਕਿ ਜਿਹੜਾ ਬਸਕੂਆ ਔਰ ਸੇਫਟੀ ਪਿੰਨ ਸੀ ਉਹ ਖੁੱਲ੍ਹਾ ਸੀ, ਤਾਂ ਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਹੈ ਉਹ ਸਾਡੇ ਵਾਲੇ ਪਾਸੇ, ਯਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਉਸਦਾ ਮੂੰਹ ਪਿਆ ਹੋਇਆ ਸੀ। ਅਗਰ ਜੇ ਉਸਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ। ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ 'ਚ ਲਿਜਾ ਕੇ ਸੇਫਟੀ ਪਿੰਨ ਦੇ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸਨੂੰ ਅਸੀਂ ਫੜਿਆ, ਅਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬੀਨ ਕਹਿੰਦੇ ਹਾਂ ਉਸਦੇ ਰਸਤੇ ਅਸੀਂ ਬਿਨਾਂ ਕੋਈ ਚੀਰ ਫਾੜ ਤੋਂ ਉਹ ਸੇਫਟੀ ਪਿੰਨ ਬਾਹਰ ਨਿਕਾਲ ਦਿਆ। ਪੇਸ਼ੈਂਟ ਬਿਲਕੁਲ ਠੀਕ ਹੈ, ਉਸਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ, ਅਤੇ ਪੇਸ਼ੈਂਟ ਨੂੰ ਬਿਨਾਂ ਕੋਈ ਚੀਰ ਫਾੜ ਦੇ ਬਿਨਾਂ ਕੋਈ ਦਾਖਲੇ 'ਤੇ ਅਸੀਂ ਉਸਦਾ ਇਹ ਇਲਾਜ ਕੀਤਾ। ਧੰਨਵਾਦ। ਹਮਾਰੇ ਕੋਚਿੰਗ ਇੰਸਟੀਟਿਊਟ ਮੇਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਯਾ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।